ਸਾਬਤ ਕਰਤਾ ਕਿ ਰੇਸ਼ੀਅਲ ਸ਼ਬਦ ਹੈ ਹਿੰਦੂ ਸਾਰਿਆਂ ਲਈ ਵਰਤਣਾ। ਇਹ ਹਿੰਦੂ ਨਹੀਂ ਸਨ, ਇਹਨਾਂ ਦੀ ਵਿਲੱਖਣਤਾ ਸੀ। ਪਰ ਜਿੰਨੀ ਮੈਂ ਸਕ੍ਰਿਪਟ ਸਾਰੀ ਪੜ੍ਹਦਾ, ਫਿਰ ਉੱਥੇ ਸਾਊਥ ਏਸ਼ੀਅਨ ਸ਼ਬਦ ਲਿਖਿਆ ਹੋਇਆ। ਇੱਕ ਪਾਸੇ ਤੁਸੀਂ ਇੱਕ ਨੂੰ ਤਾਂ ਨਕਾਰ ਦਿੱਤਾ, ਸਾਊਥ ਏਸ਼ੀਅਨ ਵੀ ਉਹ ਕਿੱਥੇ ਸਨ? ਨਹੀਂ ਸਨ, ਅਨਡਿਵਾਈਡਡ ਅਣਵੰਡੇ ਪੰਜਾਬ ਦੇ ਸਨ। ਸਾਊਥ ਏਸ਼ੀਅਨ ਸ਼ਬਦ ਤੁਹਾਨੂੰ ਲੱਗਦਾ ਸਹੀ ਨਹੀਂ? ਬਿਲਕੁਲ ਗਲਤ ਹੈ ਜੀ। ਇਹ ਆਪਣੇ ਆਪ ਦੇ ਵਿੱਚ ਉਵੇਂ ਹੀ ਹੈ ਜਿਵੇਂ ਕਦੇ ਪਾਕੀ ਸ਼ਬਦ ਵਰਤਿਆ ਜਾਂਦਾ ਸਾਰਿਆਂ ਲਈ, ਹਿੰਦੂ ਸ਼ਬਦ ਵਰਤਿਆ ਜਾਂਦਾ। ਸਾਊਥ ਏਸ਼ੀਅਨ ਤੁਸੀਂ ਦੱਸੋ ਕਿੰਨੇ ਦੇਸ਼ ਨੇ ਜੀ? ਉਹਨਾਂ ਦੇਸ਼ਾਂ ਦੇ ਵਿੱਚ ਕਿੰਨਿਆਂ ਕੁ ਦੇਸ਼ਾਂ ਦੇ ਮੁਸਾਫਰਾਂ ਨੂੰ ਇਹ ਸੰਕਟ ਝੱਲਣਾ ਪਿਆ? ਉਹਨਾਂ ਦੇ ਵਿੱਚੋਂ ਕੇਵਲ ਭਾਰਤ, ਭਾਰਤ ਦੇ ਵਿੱਚੋਂ ਵੀ ਕੇਵਲ ਅਣਵੰਡੇ ਪੰਜਾਬ। ਤੁਸੀਂ ਇਹ ਦੇਖੋ, ਸਾਨੂੰ ਸੰਕਟ ਪੰਜਾਬੀ ਸ਼ਬਦ ਵਰਤਿਆ ਜਾਂਦਾ, ਉਹ ਜ਼ਿਆਦਾ ਵਧੀਆ ਹੋਣਾ। ਪੰਜਾਬੀ ਵਰਤਿਆ ਜਾਂਦਾ, ਜਿਹੜੇ ਇਹ ਲਫ਼ਜ਼ ਨੇ ਸ਼ਬਦ ਪੰਜਾਬੀ ਹੋਣਾ ਚਾਹੀਦਾ, ਸਾਊਥ ਏਸ਼ੀਅਨ ਨਹੀਂ। ਅਤੇ ਦੂਸਰੇ ਪਾਸੇ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੀ ਹੋਣਾ ਚਾਹੀਦਾ। ਸਾਨੂੰ ਕਿਹਨੇ ਹੱਕ ਦਿੱਤਾ ਇਤਿਹਾਸ ਵਿਗਾੜਨ ਨੂੰ? ਜਿਸ ਸ਼ਖਸ ਨੇ ਸਾਰਾ ਕੰਮ ਕੀਤਾ, ਜਦੋਂ ਉਹਨੇ ਨਾਮ ਸੋਚ ਵਿਚਾਰ ਕੇ ਰੱਖਿਆ, ਉਹ ਕੋਈ ਮਾਨਸਿਕ ਦਿਵਾਲੀਆਪਣ ਦੇ ਸ਼ਿਕਾਰ ਨਹੀਂ ਸਨ, ਉਹ ਚੇਤਨ ਸਨ। ਬਿਲਕੁਲ ਠੀਕ, ਉਹਨਾਂ ਨੇ ਜਾਣ ਬੁੱਝ ਕੇ ਵਿਚਾਰ ਕੇ ਸੋਚ ਵਿਚਾਰ ਕੇ ਰੱਖਿਆ, ਪਰ ਅਸੀਂ ਸਾਰਾ ਬਿਰਤਾਂਤ ਹੀ ਵਿਗਾੜ ਦਿੱਤਾ। ਬਿਲਕੁਲ, ਇੱਥੋਂ